ਹੇ ਗਾਇਸ ਵੈਲਕਮ ਹੈ ਸਾਧਨ ਨਵੇਂ ਇੱਕ ਵਲੌਗ 'ਚ। ਅੱਜ ਆਪਾਂ ਚੱਲੇ ਹਾਂ ਹਿਮਾਚਲ, ਜੇ ਕਿਸੇ ਨੂੰ ਪਤਾ ਬਾਬੇ ਭਦਭਾਗ ਸਿੰਘ ਦੀ ਥਾਂ 'ਤੇ ਤਾਂ ਬਸ ਆਪਾਂ ਉੱਥੇ ਚੱਲੇ ਹਾਂ। ਅਤੇ ਵਲੌਗ ਨੂੰ ਇੰਜੋਏ ਕਰਿਓ। ਅਤੇ ਆਪਾਂ ਹੁਣ ਜਿੱਦਾਂ ਗੱਡੀ 'ਚ ਚੱਲੇ ਹਾਂ, ਚਾਬੀ ਮੈਨੂੰ ਮਿਲ ਗਈ ਆ, ਅਤੇ ਤੁਹਾਨੂੰ ਉੱਥੇ ਦੀਆਂ ਵੀਡੀਓ ਦਿਖਾਵਾਂਗੇ, ਤਾਂ ਦੇਖ ਲਿਓ। ਅਤੇ ਆਪਾਂ ਗਾਇਸ ਚੱਲੇ ਸੀ ਹੁਣ ਹਿਮਾਚਲ ਨੂੰ, ਅਤੇ ਆਪਾਂ ਤੇਲ ਭਰਾ ਲਿਆ ਆ, ਦੇਖ ਲਓ ਟੈਂਕੀ ਫੁੱਲ ਹੋਣ ਦੀ ਆ। ਅਤੇ ਮਤਲਬ ਆਪਾਂ ਉਹਨੂੰ ਸਰ ਕੇ ਆ ਗਏ ਹਾਂ। ਇਸ ਤੋਂ ਬਾਅਦ ਹੁਸ਼ਿਆਰਪੁਰ ਦਾ ਤੁਹਾਨੂੰ ਮੈਂ ਮਾਲਿਆ ਸੀਨ ਦਿਖਾ ਦੂੰਗਾ, ਫਿਰ ਅੱਗੇ ਤੁਹਾਨੂੰ ਬਾਕੀ ਦਾ ਸੀਨ ਦਿਖਾਊਂਗਾ। ਆਪਾਂ ਹੁਣ ਆ ਗਏ ਹਾਂ ਹੁਸ਼ਿਆਰਪੁਰ, ਅਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਹਿਮਾਚਲ ਦਾ ਰੂਟ, ਅਤੇ ਦੇਖਦੇ ਲਿਓ। ਅਤੇ ਆਪਾਂ ਹੁਣ ਚੱਲੇ ਹਾਂ ਹਿਮਾਚਲ ਦਾ ਰੂਟ ਰਹਿਣ ਲੱਗੇ ਹਾਂ, ਮਤਲਬ ਇੱਧਰਲੀ ਸਾਈਡ ਆ। ਅਤੇ ਆਹ ਮੌਤ ਦੀ ਗੱਡੀ ਆਪਾਂ ਆਪਣੀ ਸਾਡੇ ਸਾਹਮਣੇ ਬਰੇਡੋ ਜਾਣ ਲਈ ਆ, ਅਤੇ ਹੁਣ ਤੁਹਾਨੂੰ ਮਿਲਾਂਗੇ ਹਿਮਾਚਲ ਦੇ ਅੰਦਰ, ਜਾਂ ਹਿਮਾਚਲ ਤੋਂ ਥੋੜ੍ਹਾ ਜਿਹਾ ਪਿੱਛੇ। ਅਤੇ ਆਪਾਂ ਹੁਣ ਆ ਗਏ ਹਾਂ ਇੱਥੇ ਚੋਹਾਲ ਡੈਮ ਕੋ, ਅਤੇ ਹੁਣ ਆਪਾਂ ਤੁਹਾਨੂੰ ਅੱਗੇ ਵੀ ਦਸ ਸੀਨ ਦਿਖਾਉਂਦੇ ਜਾਵਾਂਗੇ, ਤੁਹਾਨੂੰ ਕਿੱਦਾਂ ਦਾ ਲੱਗਦਾ ਇਹਦਾ ਭਾਲ ਜਿਹਾ 'ਚ। ਦੇਖੋ ਤਾਂ ਲੋਕ ਬਲੈਦਾਂ ਲੈ ਕੇ ਖੜ੍ਹੇ ਆ। ਆਹ ਚੋਹਾਲ ਡੈਮ ਹੈ ਆਪਣਾ, ਜੇ ਕਿਸੇ ਨੇ ਨਹੀਂ ਉਹ ਦੇਖੋ ਪਹਾੜਾਂ ਦੇ ਵਿੱਚ ਪਾਣੀ ਜਿਹਾ ਕਿੱਦਾਂ ਸੋਹਣਾ ਲੱਗਿਆ, ਜੇ ਕਿਸੇ ਨਹੀਂ ਦੇਖਿਆ ਤਾਂ ਪਹਾੜਾਂ ਦਾ ਇੱਦਾਂ ਦਾ ਵਿਊ ਹੁੰਦਾ। ਆਹ ਉੱਪਰ ਤੱਕ ਆਪਣੇ ਪਹਾੜ ਹੀ ਪਹਾੜ ਆ, ਅਤੇ ਬਾਂਦਰ ਬਾਂਦਰ ਅਤੇ ਬਾਂਦਰ ਆ ਇੱਥੇ, ਕੋਈ ਕਿਤੇ ਬੈਠਾ ਕੋਈ ਕਿਤੇ। ਦੇਖੋ ਇੰਜੋਏ ਕਰੋ ਬਿਊਟੀ, ਇੱਥੇ ਪਸ਼ੂ ਵੀ ਬਹੁਤ ਘੁੰਮਦੇ ਆ। ਅਤੇ ਆਹ ਹੁਣ ਆਪਣਾ ਪਹਾੜੀਆ ਏਰੀਆ ਹੀ ਆ ਸਾਰਾ। ਕਿੱਦਾਂ ਦਾ ਲੱਗਣ ਦਿਆ ਕਮੈਂਟਾਂ 'ਚ ਦੱਸਿਓ। ਪਹਾੜ ਵਗੈਰਾ ਤਾਂ ਹੈਗੇ ਹੀ ਹੈਗੇ ਆ, ਅਤੇ ਇੱਥੇ ਵੈਲੀਆਂ ਵੀ ਬਹੁਤ ਡੂੰਘੀਆਂ ਡੂੰਘੀਆਂ ਆ, ਮਤਲਬ ਤੁਸੀਂ ਆਪ ਹਿਸਾਬ ਲਾ ਸਕਦੇ ਕਿੰਨਾ ਕੁ ਡੂੰਘਾਈ ਹੋਊਗੀ ਇੱਥੇ। ਤਾਂ ਪਹਾੜ ਵੀ ਹੈਗੇ ਆ ਅਤੇ ਵੈਲੀਆਂ ਵੀ ਹੈਗੀਆਂ ਆ। ਕਿੱਦਾਂ ਦਾ ਵਿਊ ਆਉਣ ਦਿਆ ਦੱਸਿਓ। ਆਪਾਂ ਹਿਮਾਚਲ ਦੀ ਹੁਣ ਐਂਟਰੀ ਲੈ ਲਈ ਆ, ਅਤੇ ਹੁਣ ਆਪਾਂ ਚੱਲੇ ਹਾਂ। ਕਿੱਦਾਂ ਦਾ ਲੱਗਣ ਦਿਆ ਸਾਰਿਆਂ ਨੂੰ ਗਾਇਸ? ਆ ਉਹ ਜਗ੍ਹਾ ਜਿੱਥੇ ਪਾਣੀ ਉਲਟਾ ਵਗਦਾ, ਮਤਲਬ ਚੱਲਦੇ ਪਾਸੇ ਨੂੰ ਜਾਂਦਾ, ਜਿਹੜਾ ਮਾੜਾ ਮਾੜਾ ਪਾਣੀ ਦਾ ਨਾ, ਇਹ ਉਲਟੀ ਦਿਸ਼ਾ 'ਚ ਵਗਦਾ। ਆਪਾਂ ਪਹੁੰਚ ਗਏ ਹਾਂ ਬਾਬੇ ਭਦਭਾਗ ਸਿੰਘ ਦੇ, ਅਤੇ ਧੋਲੀ ਧਾਰ ਆ ਦੇਖੋ ਥੱਲੇ ਕਿੱਦਾਂ ਡੂੰਘਾਈ ਜੀ। ਆਪਾਂ ਰਾਹ ਦੱਸਦੇ ਪਏ ਆ,
ਬੱਚੇ ਬੀਬੀ ਹੁਣੀ ਵੀ ਬੈਠੇ ਆ ਤੇ ਕਿਦਾਂ ਲੱਗਣ ਦਿਆ ਲਾਸਤਾ ਹੁਣ ਇੱਥੇ ਪਹਿਲਾਂ ਭਾ ਸੀ ਤੇ ਹੁਣ ਦੇਖੋ ਆਹ ਦੇਖੋ ਲੈਂਡਫਿਲ ਜੇ ਕਿੱਦਾਂ ਦੇ ਲੱਗਣ ਦੇ ਆ ਇੱਥੇ ਬਿਊਟੀਫੁਲ ਜਗ੍ਹਾ ਲੱਗਦੀ ਆ ਜਿੱਦਾਂ ਤੇ ਆਹ ਜ਼ਮੀਨ ਦਾ ਕਿਤੇ ਤਾਂ ਬਹੁਤ ਡੂੰਘੀ ਆ ਜਾਂਦੀ ਕਿਤੇ ਚੜ੍ਹਾਈ ਆ ਜਾਂਦੀ ਇੱਥੇ ਤੇ ਹਿਮਾਚਲ ਦੇ ਸਕੂਲ ਜੇ ਕਿਸੇ ਨੇ ਦੇਖਣੇ ਹੋਣ ਤਾਂ ਯੂਪੀ ਦਾ ਕਾਲਜ ਤੇ ਆਪਾਂ ਆ ਗਏ ਹਾਂ ਬਾਬੇ ਭਤਵਾਗ ਸਿੰਘ ਦੀ ਥਾਂ ਤੇ ਅਤੇ ਮੈਂ ਫੋਨ ਮਾਲ ਜਿਹਾ ਵਲੋਗ ਬਣਾ ਕੇ ਇੱਥੇ ਰੱਖਣ ਚੱਲਿਆ ਤੇ ਜਾਂਦੇ ਉਹਦਾ ਵਲੋਗ ਬਣਾਊਂਗਾ ਕਿਉਂਕਿ ਇੱਥੇ ਅੰਦਰ ਬਾਂਦਰ ਵੀ ਬਹੁਤ ਆ ਅਤੇ ਅੰਦਰ ਫੋਟੋਆਂ ਖਿੱਚਣਾ ਵੀ ਨਹੀਂ ਹਾਲਾ ਉਹ ਇਸ ਗੱਲ ਅਤੇ ਆਹ ਦੇਖ ਲਓ ਇੰਨੀ ਉੱਚੀ ਭਾ ਦੇ ਆਪਾਂ ਧੋਲੀ ਧਾਲ ਮੱਥਾ ਦੇ ਲਿਆ ਆ ਅਤੇ ਹੁਣ ਆਪਾਂ ਵੱਡੇ ਗੁਰਦੁਆਰਾ ਜਾਵਾਂਗੇ ਅਤੇ ਤੁਹਾਨੂੰ ਉੱਥੇ ਦਾ ਵਿਊ ਦਿਖਾਵਾਂਗਾ ਹੁੰਦਾ ਤੁਹਾਨੂੰ ਆਹ ਜਗ੍ਹਾ ਕਿੱਦਾਂ ਦੀ ਲੱਗੀ ਜਿੱਦਾਂ ਆਲੇ ਦੁਆਲੇ ਸਾਰੇ ਪਾਸੇ ਪਹਾੜ ਆ ਅਤੇ ਗੱਬ 'ਚ ਜਗ੍ਹਾ ਦੱਸਿਓ ਮੈਨੂੰ ਕਮੈਂਟਾਂ ਆਪਾਂ ਹੁਣ ਹਿਮਾਚਲ ਤੋਂ ਤੁਰ ਪਏ ਹਾਂ ਅਤੇ ਤੁਹਾਨੂੰ ਘਰੇ ਜਾ ਕੇ ਨਾ ਵਲੋਗ ਪਾਵਾਂਗੇ ਦੇਖ ਲਿਓ ਇੱਥੇ ਦੇ ਘਰਾਂ ਦੀਆਂ ਜੇ ਤੁਸੀਂ ਲੂਫ ਦੇਖੋ ਜਿੱਦਾਂ ਬਾਹਰਲੇ ਘਰਾਂ ਦੀਆਂ ਹੁੰਦੀਆਂ ਇਹ ਗਾਈਜ਼ ਆਪਾਂ ਆ ਗਏ ਸੁਣ ਘਲੇ ਅਤੇ ਅੱਜ ਦਾ ਵਲੋਗ ਇੱਥੇ ਮੁੱਕਦਾ